ਤੁਹਾਡਾ ਉਮੀਦਵਾਰ ਤੁਹਾਡਾ ਹਲਕਾ ਅੱਜ ਗੱਲਬਾਤ ਕਰਾਂਗੇ ਸਰੀ ਸੈਂਟਰ ਹਲਕੇ ਤੋਂ ਸਰਦਾਰ ਰਣਦੀਪ ਸਿੰਘ ਸਰਾਏ ਹੋਣਾ ਦੇ ਨਾਲ ਜੋ ਕਿ ਦੋ ਵਾਰੀ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਹਨ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਅਤੇ ਆਪਣੀ ਫੈਮਿਲੀ ਬਾਰੇ ਸਾਨੂੰ ਫਿਰ ਦੱਸੋ ਜੀ ਸ਼ੋਰ ਰਣਦੀਪ ਸਿੰਘ ਸਰਾਏ ਅਤੇ ਮੈਂ ਇੱਥੇ ਦਾ ਜੰਮ ਪਲਿਆ ਮੇਰੇ ਡੈਡੀ ਹੁਣੀ 1959 'ਚ ਕੈਨੇਡਾ 'ਚ ਮੂਵ ਹੋ ਗਏ ਸੀਗੇ ਸੋ ਮੇਰਾ ਵੀ ਜੰਮ ਪਲ ਇੱਥੇ ਵੈਨਕੂਵਰ ਹੋਇਆ ਅਤੇ ਰਹੇ ਬਰਨਬੀ ਦੇ ਵਿੱਚ ਰਹੇ ਉਹ ਤੋਂ ਬਾਅਦ ਅਸੀਂ ਤਕਰੀਬਨ 2004 ਤੋਂ ਮੈਂ ਸਰੀ 'ਚ ਹੀ ਰਹਿ ਰਿਹਾ ਸੋ ਸਰੀ ਦੇ ਵਿੱਚ ਹੀ ਆਪਣੀ ਵਕਾਲਤ ਵੀ ਕੀਤੀ ਪਹਿਲਾਂ ਵੈਨਕੂਵਰ ਕੀਤੀ ਸੀ ਫਿਰ ਇੱਥੇ ਯੂਨੀਵਰਸਿਟੀ ਮੈਂ UBC ਗਿਆ ਸੀ ਆਪਣੀ BA ਕਰਨ ਵਾਸਤੇ ਅਤੇ LLB ਜਿਹੜੀ ਮੈਂ ਉਹ ਕੁਈਨਜ਼ ਯੂਨੀਵਰਸਿਟੀ ਆਨਟੇਰੀਓ ਦੇ ਵਿੱਚ ਕੀਤੀ ਸੀਗੀ ਉਹ ਤੋਂ ਬਾਅਦ ਮੇਰਾ ਆਲਵੇਜ਼ ਇੱਕ ਪੈਸ਼ਨ ਹੁੰਦਾ ਸੀ ਕਿ ਉਦੋਂ ਮੇਰੇ ਜਦੋਂ ਏਜ ਦੇ ਗਰੁੱਪ ਸੀ ਉਹਨਾਂ 'ਚ ਕ੍ਰਾਈਮ ਗੈਂਗ ਵਾਇਲੈਂਸ ਬਹੁਤ ਹੋਇਆ ਸੀ ਸੋ ਮੈਂ ਉਹਦੇ ਵਾਸਤੇ ਕਾਫੀ ਸੰਸਥਾ ਵਿਰਸਾ ਸਿੱਖ ਸਾਊਥ ਏਸ਼ੀਅਨਸ ਅਗੇਂਸਟ ਕਮਿਊਨਿਟੀ ਵਾਇਲੈਂਸ ਇਹ ਔਰਗਨਾਈਜੇਸ਼ਨਾਂ ਜੁਆਇਨ ਕੀਤੇ ਬਣਾਈਆਂ ਉਹਨਾਂ ਨੂੰ ਗੈਂਗ ਟੈਸਕ ਫੋਰਸ ਆਰੰਭ ਕਰਵਾਇਆ ਇੰਟਰਗ੍ਰੇਟਡ ਗੈਂਗ ਟੈਸਕ ਫੋਰਸ ਪੁਲਿਸਿੰਗ ਏਜੰਸੀ ਨਾਲ ਕੰਮ ਕਰਕੇ ਸੋ ਮੇਰਾ ਕਮਿਊਨਿਟੀ ਐਕਟੀਵਿਜ਼ਮ ਉਹਦੇ ਵਿੱਚ ਹੋਇਆ ਸਰੀ ਦੇ ਵਿੱਚ ਉਹਦਾ ਆਪਣੇ ਜਿਹੜਾ ਮੈਂ ਪਹਿਲਾਂ ਘਰ ਸਰੀ 'ਚ ਲਿਆ ਸਰੀ 'ਚ ਹੀ ਆਪਣਾ ਬਿਜ਼ਨਸ ਕੀਤਾ ਸਰੀ 'ਚ ਲਾਅ ਆਫਿਸ ਵੀ ਖੋਲ੍ਹਿਆ ਅਤੇ 2015 'ਚ ਲੋਕਾਂ ਦੇ ਸਦਕੇ ਦੇ ਆਪਾਂ ਇੱਥੇ MP ਬਣੇ ਹਾਂ ਔਰ ਉਹਦੇ ਇੱਥੇ ਹੁਣ ਤੀਜੀ ਵਾਰੀ ਖੜ੍ਹੇ ਹਾਂ ਇਸ ਵੇਲੇ ਤੀਜੀ ਵਾਰੀ ਤੁਸੀਂ ਖੜ੍ਹੇ ਹੋ ਸਰਾਇ ਸਾਹਿਬ ਬੜਾ ਔਖਾ ਹੁੰਦਾ ਵਾ ਜਦੋਂ ਪੋਲੀਟਿਕਸ ਦੇ ਵਿੱਚ ਆਉਣਾ ਕਿਉਂਕਿ ਟਾਈਮ ਜਿਹੜਾ ਉਹ ਫੈਮਿਲੀ ਨੂੰ ਬਹੁਤ ਘੱਟ ਦਿੱਤਾ ਜਾਂਦਾ ਕਿੰਨੇ ਤੁਹਾਨੂੰ ਜ਼ਿਆਦਾ ਪਰਿਵਾਰ ਵੱਲੋਂ ਸੀਗਾ ਜਾਂ ਤੁਹਾਡੇ ਫਾਦਰ ਸਾਹਿਬ ਵੱਲੋਂ ਸੀਗਾ ਕਿ ਇਹ ਪੋਲੀਟਿਕਸ ਵਿੱਚ ਆਉਣਾ ਦੇਖੋ ਪੋਲੀਟਿਕਸ ਆਉਣਾ ਐਕਚੁਲੀ ਕਿਸੇ ਵੱਲੋਂ ਵੀ ਨਹੀਂ ਸੀਗਾ ਪਰ ਮੈਂ ਪੋਲੀਟਿਕਸ ਮੇਰੇ ਡੈਡੀ ਉਹਨਾਂ ਨੂੰ ਉਹਨਾਂ ਦਾ ਇਹ ਬਹੁਤ ਕਹਿ ਲਓ ਉਤਸ਼ਾਹ ਸੀ ਕਿ ਜਿਹੜੇ ਖਾਸ ਕਰਕੇ ਗੋਰੇ ਆ ਜਾਂ ਨੌਨ ਪੰਜਾਬੀ ਜਿਹੜੇ ਪੋਲੀਟੀਸ਼ੀਅਨ ਉਹਨਾਂ ਨਾਲ ਸਾਡੇ ਨਾਲ ਕੋਈ ਮੇਲ ਕਾਤ ਆਲਵੇਜ਼ ਹੋਵੇ ਮੇਲ ਮਿਲਾਪ ਹੋਵੇ ਸਾਡੇ ਗੁਰੂ ਘਰਾਂ ਦੇ ਆਉਣ ਸਾਡੇ ਨਾਲ ਬੋਲਚਾਲ ਰਹੇ ਉਹਨਾਂ ਦੀ ਅੰਡਰਸਟੈਂਡਿੰਗ ਹੋਵੇ ਵੀ ਅਸੀਂ ਕੀ ਆ ਸਾਡੀਆਂ ਡਿਮਾਂਡਾਂ ਕੀ ਆ ਅਸੀਂ ਵੀ ਕੈਨੇਡੀਅਨ ਸਿਟੀਜ਼ਨ ਹਾਂ ਸਾਡੇ ਵੀ ਹੱਕ ਬਣਦੇ ਜਿੱਦਾਂ ਚਰਚਾਂ ਦੇ ਵਿੱਚ ਜਾਂਦੇ ਹਾਂ ਤੁਸੀਂ ਰਾਊਂਡ ਟੇਬਲ ਕਰਦੇ ਜਾਂ ਸੁਣਦੇ ਹਾਂ ਸੋ ਮੈਂ ਉਹ ਦੇਖਦਾ ਰਿਹਾ ਮੇਰੇ ਘਰਾਂ 'ਚ ਵੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਾਡੇ ਜਦੋਂ ਛੋਟਾ ਜਿਹਾ ਹੁੰਦਾ ਸੀ ਡੈਡੀ ਉਹਨਾਂ ਨੇ ਗੁਰੂ ਘਰ ਵੀ ਜਾਂਦਾ ਸੀ ਸੋ ਗਿਵ ਬੈਕ ਕਮਿਊਨਿਟੀ ਕਰਨ ਵਾਸਤੇ ਮੇਰੀ ਕਾਫੀ ਫੋਕਸ ਰਿਹਾ ਸੋ ਮੈਂ ਇੱਕ ਚੀਜ਼ ਦੇਖਿਆ ਕਿ ਜੇ ਕਮਿਊਨਿਟੀ 'ਚ ਤੁਸੀਂ ਇਨਵੋਲਵ ਹੁੰਦੇ ਆ ਪੋਲੀਟਿਕਸ ਵੀ ਪ੍ਰੋਪਰਲੀ ਇਨਵੋਲਵ ਹੁੰਦੇ ਅਤੇ ਪੋਲੀਟਿਕਸ ਬਹੁਤ ਵਧੀਆ ਚੀਜ਼ ਹੈ ਜੇ ਤੁਸੀਂ ਇਹਨੂੰ ਸਿਨਿਕਲ ਤਰੀਕੇ ਨਾਲ ਦੇਖੀ ਜਾਵੇ ਪਤਾ ਨਹੀਂ ਕਰਾਂ ਇਹ ਆਪਣੇ ਮਤਲਬ ਲਈ ਕਰਦੇ ਮੈਂ ਦੇਖਿਆ ਕਿ ਨਹੀਂ ਕਿ ਮੋਸਟਲੀ ਜੇ ਤੁਸੀਂ ਗੁੱਡ ਸੋਚ ਲੈ ਕੇ ਜਾਓ ਚੰਗੇ ਪੋਲੀਟੀਸ਼ੀਅਨ ਵਧੀਆ ਆਪਣੇ ਏਰੀਆ ਦੇ ਕਰਦੇ ਸੋ ਉਸ ਕਰਕੇ ਮੇਰਾ ਇੰਟਰਸਟ ਇੱਧਰ ਪਿਆ ਸੀਗਾ ਕਿ ਸਾਡੀ ਕਮਿਊਨਿਟੀ ਨੂੰ ਵੀ ਇਨਵੋਲਵ ਹੋਣਾ ਚਾਹੀਦਾ ਮੈਂ ਦੇਖਿਆ ਸੀ ਮੋਸਟ ਹੋਤੇ ਹੋਣੀ ਉਦੋਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਹਰਬ ਧਾਲੀਵਾਲ ਹੋਣੀ ਫੈਡਰਲ ਗਵਰਨਮੈਂਟ ਦੇ ਵਿੱਚ ਬਹੁਤ ਦੇਣ ਦਿੱਤੀ ਆ ਡਾਕਟਰ ਚੀਮੇ ਹੋਣੀ ਉਦੋਂ ਸਭ ਤੋਂ ਪਹਿਲੇ MLA ਬਣੇ ਸੀ ਦੋ ਪ੍ਰੋਵਿੰਸਾਂ ਦੇ ਵਿੱਚ ਬਣੇ ਇਹਨਾਂ ਵਰਗੇ ਵਿਅਕਤੀਆਂ ਨੂੰ ਮੈਂ ਦੇਖ ਕੇ ਮੈਂ ਕਿਹਾ ਸਾਨੂੰ ਇਨਵੋਲਵ ਹੋਣਾ ਆਲਮੋਸਟ ਮੈਂਡੇਟੋਰੀ ਆ ਇਕੱਲਾ ਮਨੀ ਬਣਾਉਣ ਵੱਲ ਨਹੀਂ ਧਿਆਨ ਸਾਨੂੰ ਕਮਿਊਨਿਟੀ 'ਚ ਵੀ ਔਰ ਇਸ ਕਮਿਊਨਿਟੀ 'ਚ ਹਰ ਪੱਖੋਂ ਡਿਫਰੈਂਟ ਤਰੀਕੇ ਨਾਲ ਕਰਦਾ ਕੋਈ ਡਾਕਟਰ ਬਣ ਕੇ ਦੇਣ ਕਰਦਾ ਕੋਈ ਕਮਿਊਨਿਟੀ ਐਕਟੀਵਿਜ਼ਮ ਕੋਈ ਸਿਆਸਤ ਦੇ ਵਿੱਚ ਕਰਦਾ ਤੁਹਾਡਾ ਜਿਹੜਾ ਹਲਕਾ ਸਰੀ ਸੈਂਟਰ ਬੜਾ ਡਾਇਵਰਸਿਫਾਈ ਬੜੇ ਡਿਫਰੈਂਟ ਡਿਫਰੈਂਟ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਕਿੱਦਾਂ ਦਾ ਲੱਗਦਾ ਜਦੋਂ ਤੁਸੀਂ ਬਾਹਰ ਮਿਲਦੇ ਹੋ ਇਕੱਲੀ ਪੰਜਾਬੀ ਕਮਿਊਨਿਟੀ ਨਹੀਂ ਇੱਥੇ ਚਾਈਨੀਜ਼ ਫਿਲਪੀਨੋ ਹਰ ਕਮਿਊਨਿਟੀ ਦੇ ਲੋਕ ਰਹਿੰਦੇ ਬਿਲਕੁਲ ਸਾਡੀ ਕਾਫੀ ਡਾਇਵਰਸ ਆ ਸਾਡੇ ਆਲਮੋਸਟ ਆਊਟ ਆਫ 120,000 70,000 ਵਿਜ਼ੀਬਲ ਮਨੋਰਟੀ ਆ ਸਾਡੇ ਪੰਜਾਬੀ ਵੀ ਆ ਪਾਕਿਸਤਾਨੀ ਵੀਰ ਵੀ ਹੈਗੇ ਆ ਸਾਡੇ ਐਫਰੀਕਨ ਕੰਟਰੀਆਂ ਤੋਂ ਬਹੁਤ ਹੈ ਫਿਲਪੀਨੋ 10% ਆ ਔਰ ਐਕਚੁਲੀ ਜਿਹੜਾ ਪਿਆਰ ਮਿਲਦਾ ਔਰ ਸਪੋਰਟ ਮਿਲਦੀ ਬਹੁਤ ਮਿਲਦੀ ਔਰ ਲੋਕ ਐਕਚੁਲੀ ਇੱਕ ਚੀਜ਼ ਬਹੁਤ ਖੁਸ਼ ਹੈ ਜਿਹੜਾ ਗਰੋਥ ਇੱਥੇ ਹੋਇਆ ਜਿਹੜੀ ਇਨਫਰਾਸਟ੍ਰਕਚਰ ਹੋਇਆ ਚੇਂਜਿਸ ਫੋਰ ਦਾ ਪੋਜ਼ਿਟਿਵ ਆਏ ਆ ਫੋਰ ਐਗਜ਼ਾਮਪਲ ਹੋਮਲੈਸ ਵਾਸਤੇ ਕਾਫੀ ਸਾਡੇ ਮਕਾਨ ਬਣੇ ਆ ਉਹਨਾਂ ਰਿਹਾਇਸ਼ ਮਿਲੀ ਤਾਂ ਕਿ ਉਹਨਾਂ ਸਟਰੀਟ ਸਾਰੀਆਂ ਬੈਟਰ ਆਫ ਹੋਈਆਂ ਸਾਡੇ ਇਹਦੇ ਵਿੱਚ ਵੈਟਰਨਸ ਅਫੇਅਰ ਸੈਂਟਰ ਬਣਿਆ ਖੁੱਲ੍ਹਿਆ ਹੋਰ ਸਾਡੇ ਕੋਲ ਯੂਨੀਵਰਸਿਟੀ SFU ਦੀ ਐਕਸਪੈਂਸ਼ਨ ਹੋਈ ਆ ਇਹ ਚੀਜ਼ਾਂ ਨੂੰ ਦੇਖਦੇ ਹੋਏ ਬਹੁਤ ਖੁਸ਼ ਹੁੰਦੀ ਔਰ ਐਕਚੁਲੀ ਮੈਨੂੰ ਉਦੋਂ ਹੋਰ ਵੀ ਜ਼ਿਆਦਾ ਹੁੰਦਾ ਜਦੋਂ ਜਿਹੜੇ ਅਸੀਂ ਕਈ ਨਤੀਜੇ ਕੀਤੇ ਆ ਅਸੀਂ ਜਦੋਂ ਹਾਈ ਸਕੂਲ ਦੀ ਗ੍ਰੈਜੂਏਸ਼ਨ ਸੈਰਮੋਨੀਆਂ 'ਤੇ ਜਾਂਦੇ ਹਾਂ ਉੱਥੇ ਆਮ ਤੌਰ 'ਤੇ ਹਰ ਇੱਕ ਬੱਚੇ ਦੀ ਬਰੀਫ ਬਾਇਓ ਜੇ ਕੀਤੀ ਜਾਂਦੀ ਵੀ ਹੁਣ ਕੀ ਬਣਨਾ ਬਾਅਦ ਅਤੇ ਜ਼ਿਆਦਾ ਅਸੀਂ ਇੱਥੇ ਫੋਰੈਂਸਿਕ ਲੈਬ ਲਿਆਉਂਦੀ ਜ਼ਿਆਦਾ ਇੱਥੇ ਸਾਈਮਨ ਫਰੇਜ਼ਰ ਦੀ ਸਸਟੇਨੇਬਲ ਐਨਰਜੀ ਅਤੇ ਇਨਵਾਇਰਮੈਂਟਲ ਇੰਜੀਨੀਅਰਿੰਗ ਦਾ ਕੈਂਪਸ ਲਿਆਉਂਦਾ ਮੈਨੂੰ ਬਹੁਤ ਵਾਰੀ ਇਹ ਈਚ ਕਲਾਸ ਦੇ ਵਿੱਚੋਂ 150-200 ਬੱਚਾ ਗ੍ਰੈਜੂਏਟ ਹੁੰਦਾ ਉਹ ਕੋਈ ਨਾ ਕੋਈ ਵਿੱਚ 2-3 ਹਰ ਇੱਕ ਵਾਰੀ ਕਹਿ ਕੇ ਹਰ ਕਲਾਸ 'ਚੋਂ ਨਿਕਲੇ ਮੈਂ ਜੀ ਸਸਟੇਨੇਬਲ ਐਨਰਜੀ ਦੀ ਡਿਗਰੀ ਕਰਨੀ ਆ ਮੈਂ ਇਨਵਾਇਰਮੈਂਟਲ ਇੰਜੀਨੀਅਰਿੰਗ ਦੀ ਕਰਨੀ ਆ ਮੈਂ ਫੋਰੈਂਸਿਕਸ ਦੇ ਵਿੱਚ ਜਾਣਾ ਉਹ ਫਿਰ ਮੈਨੂੰ ਪਤਾ ਲੱਗਦਾ ਕਿ ਜੇ ਅਸੀਂ ਬਣਾਈਆਂ ਇੱਥੇ ਚੀਜ਼ਾਂ ਤਾਂ ਉਹਨਾਂ ਦਾ ਇੰਟਰਸਟ ਵੀ ਪੈਦਾ ਉੱਧਰ ਹੋਇਆ ਚਲੋ ਅਸੀਂ ਜੋ ਤੁਸੀਂ ਮੈਂ ਕਹਿੰਦਾ ਹੁੰਦਾ ਕਿ 2 ਟਰਮਾਂ ਨਹੀਂ ਕਹਿ ਸਕਦਾ 1.5 ਟਰਮਾਂ ਹੋਈਆਂ ਕਿਉਂਕਿ 2 ਸਾਲ ਪਹਿਲਾਂ ਇਲੈਕਸ਼ਨ ਹੋ ਗਈ ਅਤੇ ਇਹ ਸਵਾਲ ਬਾਰ ਬਾਰ ਨੋ ਡਾਊਟ ਤੁਸੀਂ ਵੀ ਕੈਂਪੇਨ ਕਰ ਰਹੇ ਹੋ ਡੋਰ ਨੌਕ ਕਰ ਰਹੇ ਹੋ
ਇਹ ਸਵਾਲ ਤੁਹਾਨੂੰ ਵੀ ਕਈ ਵਾਰੀ ਲੋਕਾਂ ਨੇ ਪੁੱਛਿਆ ਹੋਣਾ ਕਿ ਅਰਲੀ ਇਲੈਕਸ਼ਨ ਕਿਉਂ? ਅਰਲੀ ਇਲੈਕਸ਼ਨ ਦੇਖੋ, ਸਾਡੇ ਕੋਲ ਜਦੋਂ 2019 'ਚ ਇਲੈਕਟ ਹੋਏ ਸੀ, ਅਸੀਂ ਮੈਂਡੇਟ ਲੈ ਕੇ ਆਏ ਸੀ ਵੀ ਆਹ ਅਸੀਂ ਕੀਤਾ, ਆਹ ਅਸੀਂ ਮੂਹਰੇ ਕਰਨ ਲੱਗੇ ਹਾਂ, ਆਹ ਸਾਡੇ ਕਲਾਈਮੇਟ ਚੇਂਜ ਦੀ ਪਲਾਨ ਆ, ਆਹ ਸਾਡੇ ਜੋਬ ਗਰੋਥ ਦੀ ਪਲਾਨ ਆ, ਆਹ ਸਾਡੀ ਪਾਵਰਟੀ ਰਿਡਕਸ਼ਨ ਦੀ ਪਲਾਨ ਆ। ਪਰ ਇੱਕਦਮ ਅਜੇ 3 ਕੁ ਮਹੀਨੇ ਹੋਏ ਸੀਗੇ, ਅਜੇ ਤਾਂ ਸੌਂਹਾਂ ਖਾ ਕੇ ਮਿਨਿਸਟਰ ਰੈਡੀ ਹੋਏ ਸੀ, ਪਾਰਲੀਮੈਂਟ ਸੈਸ਼ਨ ਸ਼ੁਰੂ ਹੀ ਹੋਇਆ, ਤਾਂ ਆਲ ਓਵਰ ਸਡਨ ਕੋਵਿਡ ਹੋ ਗਿਆ, ਵਰਲਡ ਦਾ ਬਿਗੈਸਟ ਪੈਂਡੈਮਿਕ ਜਿਹੜਾ ਕਿ ਕਿਸੇ ਦੀ ਸੁਰ 'ਚ ਨਹੀਂ ਹੋਇਆ। ਉਹਨੂੰ ਫਿਰ ਸਾਨੂੰ ਪਲੇ ਬੁੱਕ ਕੋਈ ਹੈ ਨਹੀਂ ਸੀ, ਉਹਦੇ ਕੋਲ ਰੂਲਸ ਨਹੀਂ। ਅਜੇ ਜੰਗ ਕਰਨ ਲੜਾਈ ਦੇ ਵਿੱਚ ਵੀ ਰੂਲ ਹੁੰਦੇ ਆ, ਜਦੋਂ ਲੜਾਈ ਕਰਨਾ ਤਾਂ ਆਹ ਕਰਨਾ, ਪੈਂਡੈਮਿਕ ਲਈ ਕੋਈ ਰੂਲ ਬੁੱਕ ਨਹੀਂ ਸੀ। ਪਰ ਅਸੀਂ ਬਹੁਤ ਵਧੀਆ ਤਰੀਕੇ ਨਾਲ ਆਈ ਥਿੰਕ ਉਹਨੂੰ ਮੈਨੇਜ ਕੀਤਾ, ਹਾਈਐਸਟ ਵੈਕਸੀਨੇਸ਼ਨ ਰੇਟ ਲਿਆਂਦੇ, ਲੋਐਸਟ ਕੋਵਿਡ ਇਨਫੈਕਸ਼ਨ ਰੇਟ ਲਿਆਂਦਾ, ਲੋਕਾਂ ਦਾ ਬਚਾਅ ਰੱਖ ਕੇ ਕੀਤਾ। ਫਿਰ ਅਸੀਂ ਇਹ ਹੁਣ ਦੇਖਿਆ ਕਿ ਡੇਢ ਦੋ ਸਾਲ ਆਮ ਤੌਰ 'ਤੇ ਮਨੋਰਟੀ ਗਵਰਨਮੈਂਟ ਦੀ ਮੈਕਸਿਮਮ ਸਰਕਾਰ ਹੁੰਦੀ ਹੈ, ਇਹ 25 ਵਾਰੀ ਦੂਸਰੀਆਂ ਪਾਰਟੀਆਂ ਵੋਟ ਅਗੇਂਸਟ ਕਰਕੇ ਸਾਨੂੰ ਤੰਗੀ ਦਿੰਦੀ ਸੀਗੀ, ਜਦੋਂ ਅਸੀਂ ਲੋਕਾਂ ਵਾਸਤੇ ਇਹ ਮੈਜਰਸ ਕਰਦੇ ਸੀ, ਲੋਕਾਂ ਵਾਸਤੇ ਪੈਸੇ ਇਹ ਦੇਣ ਲਈ ਅਪਰੂਵ ਕਰਦੇ, ਸਾਨੂੰ ਨਹੀਂ ਸੀ ਅਪਰੂਵ ਕਰਦੇ। ਈਵਨ ਇਲੈਕਸ਼ਨ ਐਕਟ ਵੀ ਰਿਵਾਈਜ਼ ਕਰਨ ਵਾਸਤੇ ਅਸੀਂ ਕਰਦੇ ਸੀ ਵੀ ਕੋਵਿਡ ਫਰੈਂਡਲੀ ਰੂਲਸ ਬਣ ਜਾਣ, ਉਹਦੇ ਵਿੱਚ ਵੀ ਨਹੀਂ ਉਹਨੇ ਇਨਕਰੇਜਮੈਂਟ ਦਿੱਤੀ। ਫਿਰ ਅਸੀਂ ਦੇਖਿਆ ਕਿ ਸਾਨੂੰ ਮੈਂਡੇਟ ਚਾਹੀਦਾ ਹੁਣ ਰਿਕਵਰੀ ਵਾਸਤੇ, ਔਰ ਇੱਕ ਜੀ ਟਰੂਡੋ ਸਾਹਿਬ ਨੇ ਹਮੇਸ਼ਾ ਕਹੀ ਸੀਗੀ ਕਿ ਮੈਂ ਇਲੈਕਸ਼ਨ ਜਿੰਨਾ ਚਿਰ 70% ਲੋਕ ਵੈਕਸੀਨੇਟਡ ਨਹੀਂ ਹੁੰਦੇ ਉਨਾ ਚਿਰ ਨਹੀਂ ਕਰੂੰਗਾ, 70% ਤੋਂ ਬਾਅਦ ਹੀ ਕਰੂੰਗਾ। ਹੁਣ ਆਪਣੇ ਇੱਥੇ ਸਰੀ 'ਚ ਲੈ ਲਓ 89% ਵਨ ਡੋਸ ਆ, 75-76% ਟੂ ਡੋਸ ਹੈਗੇ ਆ, ਸੋ ਉਹਨੇ ਉਹ ਤੋਂ ਬਾਅਦ ਹੀ ਕੀਤਾ। ਹੁਣ ਸਾਨੂੰ ਮੈਂਡੇਟ ਦੇਣ ਲਿਆ ਵੀ ਕਿੱਦਾਂ ਦੀ ਤੁਸੀਂ ਸਰਕਾਰ ਮੰਗਦੇ ਆ, ਜੇ ਤੁਸੀਂ ਇਸੇ ਤਰ੍ਹਾਂ ਮੰਗਦੇ ਕਿ ਜਿਹੜੀ ਲੜਦੀ ਝਗੜਦੀ ਰਹੇ, ਵੋਟ ਡਾਊਨ ਐਨੀ ਡੇ ਟੁੱਟ ਸਕਦੀ ਆ, ਜਾਂ ਤੁਸੀਂ ਮੰਗਦੇ ਜਿਹੜੀ ਸਟੇਬਲ ਗਵਰਨਮੈਂਟ ਦੇਵੇ, ਜਿਹੜੇ ਲੋਕਾਂ ਨੂੰ ਪ੍ਰੋਗਰਾਮਿੰਗ ਦੇਵੇ ਉੱਦਾਂ ਦੇ, ਜਿਹਨਾਂ ਨਾਲ ਉਹਨਾਂ ਦਾ ਗਰੋਥ ਹੋਵੇ, ਅਨਇੰਪਲੋਇਮੈਂਟ ਰੇਟ ਇੱਦਾਂ ਰੈਕਡ ਲੋ ਜਿੱਦਾਂ ਅੱਗੇ ਸੀਗਾ ਹੋਵੇ, GDP ਗਰੋ ਹੋਵੇ, ਬੱਚਿਆਂ ਲਈ ਨਵੇਂ ਯੂਨੀਵਰਸਿਟੀਆਂ ਬਣਨ, ਜੇ ਉੱਦਾਂ ਦੀ ਚਾਹੁੰਦੇ ਤਾਂ ਫਿਰ ਤੁਸੀਂ ਲਿਬਰਲ ਵੋਟ ਗਵਰਨਮੈਂਟ ਨੂੰ ਵੋਟ ਪਾਓ। ਸਰਾਈ ਸਾਹਿਬ, ਕੋਵਿਡ ਪਿਛਲੇ 2 ਸਾਲ ਤੋਂ ਕਾਫੀ ਕੁਛ ਜਿੰਨੇ ਚੇਂਜਸ ਕਰ ਦਿੱਤੀਆਂ, ਸਾਰੇ ਆਲ ਓਵਰ ਦਾ ਵਰਲਡ ਹੀ ਚੇਂਜ ਹੋ ਗਿਆ। ਸਰੀ ਸੈਂਟਰ ਹਲਕੇ ਦੀ ਗੱਲ ਕਰੀਏ ਤਾਂ ਕੋਵਿਡ ਨੂੰ ਤੁਸੀਂ ਕਿੱਦਾਂ ਹੈਂਡਲ ਕੀਤਾ ਜਦੋਂ ਤੁਸੀਂ ਬੀਇੰਗ ਅ ਮੈਂਬਰ ਪਾਰਲੀਮੈਂਟ? ਸ਼ੋਰ, ਸਾਡੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਕੰਸਰਨ ਸੀਗਾ ਜਿਹੜੇ ਲੋਕ ਲੇ ਆਫ ਹੋ ਗਏ ਸੀਗੇ, ਸੋ 3 ਮਿਲੀਅਨ ਲੋਕ 2 ਮਹੀਨਿਆਂ ਦੇ ਵਿੱਚ ਲੇ ਆਫ ਹੋ ਗਏ ਸੀ, ਕੈਨੇਡਾ 'ਚ ਅਨਇੰਪਲੋਇਡ ਹੋ ਗਏ ਸੀ, 3 ਮਿਲੀਅਨ ਲੋਕ ਆਲਮੋਸਟ ਲੇ ਆਫ ਹੋਣ ਲੱਗੇ ਸੀ। ਅਤੇ ਉਹਨਾਂ ਨੂੰ ਜਦੋਂ ਅਸੀਂ ਬਿਜ਼ਨਸ ਵਾਲਿਆਂ ਨਾਲ ਗੱਲਾਂ ਬਾਤਾਂ ਕੀਤੀਆਂ, ਉਹਨੇ ਸਾਨੂੰ ਦੱਸਿਆ ਕਿ ਲੋਕ ਅਸੀਂ ਸਾਡਾ ਰੈਵਨਿਊ ਡਰੋਪ ਹੋ ਗਿਆ, ਰੈਸਟੋਰੈਂਟ ਚਾਹੇ ਕੰਸਟਰਕਸ਼ਨ ਵਾਲੇ ਆ ਵੀ ਸਾਡੇ ਕੋਲ, ਪਰ ਅਸੀਂ ਬੰਦਿਆਂ ਨੂੰ ਹਟਾਉਣਾ ਨਹੀਂ ਚਾਹੁੰਦੇ, ਪਰ ਸਾਡੇ ਕੋਲ ਰੈਵਨਿਊ ਨਹੀਂ ਹੈ ਇਸ ਵੇਲੇ ਹੈਗਾ। ਉਹਦੇ ਵਾਸਤੇ ਅਸੀਂ ਇਮੀਡੀਏਟਲੀ ਫਿਰ ਵੇਜ ਸਬਸਿਡੀ ਕੀਤੀ ਵੀ ਤੁਸੀਂ ਰੱਖੋ, ਬਸ਼ੱਕ ਤੁਹਾਡਾ ਰੈਵਨਿਊ ਘੱਟ ਆ, ਤਨਖਾਹ 'ਤੇ ਰੱਖੋ, ਕੰਮ ਕਰਾਓ, ਜੇ ਕੰਮ ਹੋਰ ਨਹੀਂ ਹੈਗਾ ਤਾਂ ਹੋਰ ਜਿਹੜਾ ਤੁਹਾਡਾ ਪਿੱਛੇ ਅੜਿਆ ਕੰਮ ਉਹਨੂੰ ਫਿਨਿਸ਼ ਕਰੋ ਨਾ। ਸੈਕਿੰਡ ਸੀ ਕਿ ਲੋਕ ਕਹਿੰਦੇ ਸੀਗੇ ਕਿ ਸਾਨੂੰ ਦੇਖੋ ਸਾਨੂੰ ਮੂਹਰੇ ਜੋਬ ਮਿਲਦੀ ਆ, ਪਰ ਪਿਛਲੇ ਇੰਪਲੋਇਰ ਨੇ ਜੇ ਪੈਸੇ ਨਹੀਂ ਦਿੱਤੇ, ਸਪਲਾਇਰ ਕਹਿੰਦਾ ਮੈਂ ਸਮਾਨ ਨਹੀਂ ਦੇਣਾ ਜਿੰਨਾ ਚਿਰ ਤੂੰ ਪੈਸੇ ਨਹੀਂ ਦਿੰਦਾ, ਤਾਂ ਮੈਂ ਕੀ ਕਰਾਂ, ਮੈਂ ਨਾ ਮੂਹਰੇ ਜੋਬ ਲੈ ਸਕ, ਜੇ ਮੈਂ ਜੋਬ ਨਹੀਂ ਲੈਂਦਾ ਤਾਂ ਮੇਰੇ ਬੰਦੇ ਮੈਨੂੰ ਲੇਅ ਆਫ ਕਰਨੇ ਪੈਣੇ। ਉਹਦੇ ਲਈ ਫਿਰ ਅਸੀਂ $40,000 ਬਾਅਦ $60,000 ਦੇ ਲੋਨ ਦਿੱਤੇ, ਜਿਹ 'ਚ ਤੀਜਾ ਹਿੱਸਾ ਮਾਫ ਅਤੇ 2 ਹਿੱਸੇ ਤੁਸੀਂ 2 ਸਾਲ ਬਾਅਦ ਮੋੜਨੇ ਡਿਸੰਬਰ ਨੂੰ। ਇਹਦੇ ਨਾਲ ਬਿਜ਼ਨਸ ਚੱਲਦੇ ਰਹੇ, ਸਪਲਾਇਰਾਂ ਨੂੰ ਪੈਸੇ ਮਿਲਦੇ ਰਹੇ, ਤੁਸੀਂ ਆਪਣਾ ਅਗਾਂਹ ਕਰ ਸਕਦੇ, ਜੇ ਮਕਾਨ ਨਹੀਂ ਵੀ ਵਿਕਿਆ, ਜੇ ਤੁਹਾਨੂੰ ਪੈਸੇ ਬਿਲਡਰ ਤੋਂ ਨਹੀਂ ਮਿਲੇ, ਤੁਸੀਂ ਐਟਲੀਸਟ ਵਰਕਰਾਂ ਨੂੰ ਰੱਖ ਦਿਓ। ਇਹ ਚੀਜ਼ਾਂ ਮੈਂ ਮੋਡੀਫਾਈ ਕਰਦਾ। ਦੂਸਰਾ ਸੀ ਸਾਡੇ ਸਕੂਲ ਬੋਰਡ ਨੇ ਕਿਹਾ ਸੀ 2-3 ਗੱਲਾਂ, ਸਾਡੇ ਕੋਲ ਜੇ ਸਕੂਲ ਸਟਾਰਟ ਕਰਨਾ ਕੋਵਿਡ ਵਾਸਤੇ ਬਹੁਤ ਐਕਸਟਰਾ ਜੈਨੇਟਰਸ, ਐਕਸਟਰਾ ਸੈਨੀਟੇਸ਼ਨ ਦਾ ਚਾਹੀਦਾ। ਉਹਦੇ ਲਈ ਵੀ ਅਸੀਂ ਸਪੈਸ਼ਲ 2 ਬਿਲੀਅਨ BC ਲਈ ਲਿਆਂਦਾ ਕਿ ਤੁਸੀਂ ਆਪਣੇ ਸਕੂਲਾਂ ਨੂੰ ਐਕਸਟਰਾ ਪੈਸਾ ਦੇ ਕੇ ਸੇਫ ਕੋਵਿਡ ਇਨਵਾਇਰਮੈਂਟਾਂ 'ਚ ਕਰ ਸਕਦੇ। ਇੱਦਾਂ ਦੇ ਟਾਈਪ ਜਿੱਦਾਂ ਫਿਰ ਸਾਡੇ ਕਈ ਵੀ ਸੈਲਫ ਇੰਪਲੋਇਡ ਆ, ਟੈਕਸੀ ਵਾਲੇ ਆ, ਕਈ ਟਰੱਕਾਂ ਵਾਲੇ, ਉਹਨਾਂ ਲਈ ਉਹ ਰੂਲ ਕਈ ਵਾਰੀ ਫਿੱਟ ਨਹੀਂ ਸੀ ਹੁੰਦਾ, ਅਸੀਂ ਉਹ ਰੂਲ ਅਮੈਂਡ ਕਰਵਾਏ ਤਾਂ ਕਿ ਸਾਡੇ ਸੈਲਫ ਇੰਪਲੋਇਡ ਜਿਹੜੇ ਆਪਣੇ ਨਾਂ 'ਤੇ ਕੰਪਨੀ ਦੇ ਨਾਂ 'ਤੇ ਨਹੀਂ ਕੰਮ ਕਰਦੇ, ਉਹਨਾਂ ਨੂੰ ਵੀ ਮਦਦ ਮਿਲੇ। ਸੋ ਅਸੀਂ ਆਲਮੋਸਟ ਐਵਰੀ ਸਿੰਗਲ ਵਰਕਰ ਦਾ, ਈਵਨ ਉੱਥੇ ਤੱਕ ਹੋ ਗਿਆ ਕਿ ਜਿਹਨੀ ਲੋਕਾਂ ਨੇ ਬਿਜ਼ਨਸ ਨਵੇਂ ਖੋਲ੍ਹੇ ਸੀ ਉਹ ਨਹੀਂ ਸੀ ਐਲੀਜੀਬਲ ਕਿਉਂਕਿ ਉਹਨੂੰ ਪੁਰਾਣੀ ਸੇਲਸ ਨਹੀਂ ਸੀ, ਉਹਨਾਂ ਲਈ ਅਸੀਂ ਲੋਨ ਕਰ ਦਿੱਤੇ ਵੈਸਟਰਨ ਡਾਇਵਰਸੀਫਿਕੇਸ਼ਨ ਤੋਂ, ਵੀ ਤੁਸੀਂ ਉਹ 'ਤੇ ਅਪਲਾਈ ਕਰ ਸਕਦੇ। ਲੌਂਗ ਐਜ਼ ਯੂ ਆਰ ਕ੍ਰੀਏਟਿੰਗ ਜੋਬਸ ਇਨ ਕੋਵਿਡ, ਤੁਹਾਨੂੰ ਉਹ ਤੋਂ ਮਦਦ ਮਿਲ ਸਕਦੀ। ਤੁਹਾਡੇ ਉਮੀਦਵਾਰ ਦੇ ਵਿੱਚ ਹਜੇ ਗੱਲਬਾਤ ਜਾਰੀ ਆ, ਸਰੀ ਸੈਂਟਰਲ ਤੋਂ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਫਾਰਮਰ ਮੈਂਬਰ ਆਫ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਉਹਨਾਂ ਦੇ ਨਾਲ ਗੱਲਬਾਤ ਅੱਗੇ ਕਰਦੇ ਹਾਂ ਕਿ ਆਉਂਦੇ 4 ਸਾਲਾਂ ਦੇ ਵਿੱਚ ਇਹਨਾਂ ਦਾ ਕੀ ਪਲਾਨ ਹੈ ਕਿ ਸਰੀ ਸੈਂਟਰ ਹਲਕੇ ਦੇ ਵਿੱਚ ਇਹ ਹੋਰ ਕੀ ਕਰਨਗੇ। ਜੁੜੇ ਰਹੋ ਸਾਡੇ ਨਾਲ। ਵੈਲਕਮ ਬੈਕ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਤੁਹਾਡਾ ਉਮੀਦਵਾਰ, ਗੱਲਬਾਤ ਕਰ ਰਿਹਾ ਸਰਾਏ ਸਾਹਿਬ ਦੇ ਨਾਲ। ਸਰਾਏ ਸਾਹਿਬ, ਤੁਹਾਡਾ ਹਲਕਾ ਜਿਹੜਾ ਸਰੀ ਸੈਂਟਰਲ ਦਾ, ਇੱਥੇ ਘੱਟੋ ਘੱਟ ਨਹੀਂ ਤਾਂ 2-3 ਤਾਂ ਸਕਾਈ ਟ੍ਰੇਨਾਂ ਹੀ ਪੈਂਦੀਆਂ ਹੈਗੀਆਂ, ਸਟੇਸ਼ਨ ਪੈਂਦੇ ਨੇ, ਇਨਫਰਾਸਟ੍ਰਕਚਰ ਨੂੰ ਲੈ ਕੇ ਤੁਸੀਂ ਸਾਨੂੰ ਚਾਨਣਾ ਪਾਓ ਕਿ ਪਿਛਲੇ ਤੁਸੀਂ ਤਕਰੀਬਨ 6 ਸਾਲਾਂ ਦੇ ਵਿੱਚ ਕੀ ਕੀਤਾ।
ਸ਼ੋਰ ਸੋ ਸਕਾਈ ਟ੍ਰੇਨ ਗੁੱਡ ਐਗਜ਼ਾਮਪਲ ਸਭ ਤੋਂ ਪਹਿਲਾਂ ਤਾਂ 35 ਸਾਲ ਪੁਰਾਣੀ ਸਕਾਈ ਟ੍ਰੇਨ ਆ ਇਹਨੂੰ ਕੋਈ ਜਿਹੜੇ ਸਟੇਸ਼ਨ ਆ ਸਰੀ ਸੈਂਟਰ ਸਟੇਸ਼ਨ ਆ ਆਈ ਥਿੰਕ ਸੈਕਿੰਡ ਬਿਜ਼ੀਐਸਟ ਸਟੇਸ਼ਨ ਆ ਸਾਰੀ ਲਾਈਨ ਦੇ ਵਿੱਚ ਔਰ ਇਹ ਬਹੁਤ ਪੁਰਾਣਾ ਸੀ ਕੰਜੈਸਟਡ ਸੀਗਾ ਇਹਨੂੰ ਅਪਗ੍ਰੇਡ ਕਰਾਇਆ ਫਿਰ ਅਸੀਂ 3 ਬਿਲੀਅਨ ਦੀ ਜਿਹੜੀ ਸਕਾਈ ਟ੍ਰੇਨ ਐਕਸਟੈਂਸ਼ਨ ਲੈਂਗਲੀ ਤੱਕ ਉਹਦੇ ਲਈ $1.3 billion ਦਵਾਇਆ ਫੈਡਰਲ ਗਵਰਨਮੈਂਟ ਜਿਹੜਾ ਕਿ ਲਾਰਜੈਸਟ ਆ ਫੈਡਰਲ ਗਵਰਨਮੈਂਟ ਨੇ ਐਵਰ BC ਨੂੰ ਕਦੇ ਦਿੱਤਾ ਸੋ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਔਰ ਮੇਰਾ ਵਾਅਦਾ ਸੀਗਾ ਸਰੀ ਮੇਅਰ ਦੇ ਨਾਲ ਅਤੇ ਟ੍ਰਾਂਜ਼ਿਟ ਨਾਲ ਤੁਸੀਂ ਬਿਜ਼ਨਸ ਕਲੇਸ ਕਰੋ ਅਸੀਂ ਤੁਹਾਨੂੰ ਉਸੇ ਵੇਲੇ ਤੁਹਾਨੂੰ ਪੈਸੇ ਦੇਵਾਂਗੇ ਪ੍ਰਾਈਮ ਮਿਨਿਸਟਰ ਨੇ ਇੰਸ਼ੋਰੈਂਸ ਕੀਤੀ ਸੀ ਸੈਕਿੰਡ ਸੀਗਾ ਪੋਸਟ ਸੈਕੰਡਰੀ ਐਜੂਕੇਸ਼ਨ ਅਸੀਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਨੂੰ 90 ਮਿਲੀਅਨ ਦਵਾਇਆ ਅਤੇ ਉਹਦਾ ਨਵਾਂ ਸਟੇਟ ਆਫ ਦੀ ਆਰਟ ਇੰਜੀਨੀਅਰਿੰਗ ਕੈਂਪਸ ਬਣਾਇਆ ਥਰਡ ਅਸੀਂ ਕੀ ਕੀਤਾ ਕਿ ਸਾਡੇ ਜੇ ਤੁਹਾਨੂੰ ਪੜ੍ਹਾਈ ਦੇ ਥਾਂ ਬਣਾਉਣੇ ਸਾਨੂੰ ਜੋਬਸ ਵੀ ਚਾਹੀਦੀਆਂ ਇੱਥੇ ਸੋ ਉਹਦੇ ਲਈ ਅਸੀਂ ਵੈਟਰਨਸ ਅਫੇਅਰ ਸੈਂਟਰ ਲਿਆਂਦਾ ਸਰਕਾਰੀ ਮਹਿਕਮਾ 9 ਬੰਦ ਕਰਤੇ ਸੀਗੇ ਕੰਜ਼ਰਵੇਟਿਵ ਗਵਰਨਮੈਂਟ ਨੇ ਅਸੀਂ ਓਨਲੀ ਨਵਾਂ ਜਿਹੜਾ ਖੁਲਾਇਆ ਉਹ ਸਰੀ 'ਚ ਖੁਲਾਇਆ ਫਿਰ ਉਸ ਤੋਂ ਬਾਅਦ ਫੋਰੈਂਸਿਕ ਲੈਬ ਪੁਲਿਸ ਵਾਲੇ ਕਹਿੰਦੇ ਸਾਡੀ ਲੈਬ ਹੈ ਨਹੀਂ ਕਿ ਅਸੀਂ ਐਵੀਡੈਂਸ ਆਟੋਵਾ ਨੂੰ ਜਾਂ ਟੋਰਾਂਟੋ ਨੂੰ ਭੇਜਦੇ ਹਾਂ ਐਨਾਲਾਈਜ਼ ਕਰਾਉਣ ਲਈ ਉਹਨਾਂ ਟਾਈਮ ਡਿਲੇ ਹੋ ਜਾਂਦਾ ਪਲੱਸ ਉਨੀ ਇਹ ਟੈਨਸ਼ਨ ਨਹੀਂ ਹੁੰਦੀ ਲਾਰਜੈਸਟ ਕੈਨੇਡਾ ਦੀ ਲੈਬ ਜਿਹੜੀ ਉਹ ਅਸੀਂ ਇੱਥੇ ਗ੍ਰੀਨ ਟਿੰਬਰ ਦੇ ਵਿੱਚ ਲਿਆਂਦੀ ਜਿਹਦੇ 140 ਸਾਇੰਟਿਸਟ ਕੰਮ ਕਰਦੇ ਉੱਥੇ ਫੋਰੈਂਸਿਕ ਐਕਸਪਰਟਸ ਕੰਮ ਕਰਦੇ ਲਾਸਟ ਹੁਣ ਅਸੀਂ ਕੀ ਕੀਤਾ ਕਿ ਅਸੀਂ ਰੂਰਲ ਸੌਰੀ ਬਿਜ਼ਨਸ ਡਿਵੈਲਪਮੈਂਟ ਏਜੰਸੀ ਉਹਨੂੰ ਕਹਿੰਦੇ ਰੀਜਨਲ ਡਿਵੈਲਪਮੈਂਟ ਏਜੰਸੀ ਉਹ ਅੱਗੇ ਐਡਮਿੰਟਨ 'ਚ ਹੈੱਡਕੁਆਰਟਰ ਸੀਗੀ ਵੈਸਟਰਨ ਕੈਨੇਡਾ ਲਈ ਉਹ ਪਹਿਲਾਂ ਤਾਂ ਅਸੀਂ ਜੁਦੀ ਕਰਾਈ ਕਿ BC ਨੂੰ ਹੱਕ ਦੀ ਆਪ ਦੀ ਚਾਹੀਦੀ ਆ ਫਿਰ ਉਹਦੇ ਪ੍ਰਪੋਰਸ਼ਨ ਫੰਡਿੰਗ ਡਬਲ ਕਰਾਈ ਆ ਉਹ ਪਹਿਲਾਂ 50 ਮਿਲੀਅਨ ਸਾਲ ਦਾ BC ਨੂੰ ਐਲੋਕੇਟ ਹੁੰਦਾ ਸੀ ਉਹਦਾ 100 ਮਿਲੀਅਨ ਕੀਤਾ ਸੋ ਹੁਣ ਉਹ $550 ਮਿਲੀਅਨ ਦੀ ਏਜੰਸੀ ਦਾ ਹੈੱਡ ਆਫਿਸ ਮੈਂ ਮਾਰਨਾ ਕਹਿ ਸਕਦਾ ਇੱਥੇ ਸਰੀ ਦੇ ਵਿੱਚ ਹੋਣ ਲੱਗਾ ਕਿ ਜਿਹੜਾ ਫਸਟ ਐਵਰ ਫੈਡਰਲ ਆਫਿਸ ਸਰੀ ਦੇ ਵਿੱਚ ਲੋਕੇਟ ਹੋ ਰਿਹਾ ਔਰ ਸੈਕਿੰਡ ਓਨਲੀ ਹੈੱਡ ਆਫਿਸ ਫੈਡਰਲ ਗਵਰਨਮੈਂਟ ਦਾ ਜਿਹੜਾ BC 'ਚ ਆ ਇੱਕ ਟੂਰਿਜ਼ਮ ਕੈਨੇਡਾ ਡਾਊਨਟਾਊਨ 'ਚ ਆ ਵੈਨਕੂਵਰ ਹੁਣ ਇੱਥੇ ਹੁਣ ਆਉਣ ਵਾਲੇ ਸਮੇਂ ਅਸੀਂ ਕਰ ਰਹੇ ਕਿ ਅਸੀਂ ਜਿਹੜੇ ਗਵਰਨਮੈਂਟ ਸਰਵਿਸਿਜ਼ ਜਾਂ ਸਰਵਿਸ ਕੈਨੇਡਾ ਪਾਸਪੋਰਟ ਆਫਿਸ CRA ਹੋਰ ਸਾਰੇ ਮਹਿਕਮੇ ਜਿਹੜੇ ਆ ਰੀਜਨਲ ਡਿਵੈਲਪਮੈਂਟ ਏਜੰਸੀ ਵੈਟਰਨਸ ਅਫੇਅਰਸ ਹਨ ਇਹ ਸਾਰੇ ਮੋਸਟਲੀ ਵੈਨਕੂਵਰ 'ਚ ਹੈੱਡਕੁਆਰਟਰਡ ਆਫਿਸ ਵੀ ਉੱਥੇ ਸਹੂਲਤਾਂ ਵੀ ਜੇ ਲੈਣੀਆਂ ਤੁਹਾਨੂੰ ਉੱਥੇ ਜਾਣਾ ਪੈਂਦਾ ਅਸੀਂ ਉਹਦਾ ਹੱਬ ਜਿਹੜਾ ਸੈਕਿੰਡ ਹੱਬ ਅਸੀਂ ਕਨਵਿੰਸ ਕੀਤਾ ਪ੍ਰੋਕਿਊਰਮੈਂਟ ਵਾਲਿਆਂ ਨੂੰ ਅਤੇ ਪਬਲਿਕ ਸਰਵਿਸ ਨੂੰ ਵੀ ਸਰੀ ਹੋਣਾ ਚਾਹੀਦਾ ਸੈਕਿੰਡ ਬਿਗੈਸਟ ਸਿਟੀ ਆ ਸੂਨ ਟੂ ਐਕਲਿਪਸ ਵੈਨਕੂਵਰ ਟੂ ਬਿਕਮ ਦਾ ਬਿਗੈਸਟ ਸਿਟੀ ਇਹਦਾ ਹੱਬ ਇੱਥੇ ਚਾਹੀਦਾ ਇਹ 5-6 ਹਜ਼ਾਰ ਜੋਬਸ ਇੱਥੇ ਹੀ ਆਉਣਗੀਆਂ ਸੋ ਮੈਂ ਆਸ ਕਰਦਾ ਕਿ ਉਹ ਡਿਸੰਬਰ ਦੇ ਵਿੱਚ ਉਹਦੀ ਰਿਪੋਰਟ ਆਉਣੀ ਵੀ ਕਿੰਨਾ ਸਕੁਏਅਰ ਫੁੱਟ ਚਾਹੀਦੀ ਤਾਂ ਫਿਰ ਅਸੀਂ ਅਗਲੇ ਸਾਲ 2022 ਦੇ ਵਿੱਚ ਇਹਨੂੰ ਕੰਸਟਰਕਸ਼ਨ ਜਾਂ RFP ਕਰਕੇ ਇੱਥੇ ਹੈੱਡ ਆਫਿਸ ਲਿਆਵਾਂਗੇ ਫੈਡਰਲ ਗਵਰਨਮੈਂਟ ਦੇ ਦਫ਼ਤਰਾਂ ਵਾਸਤੇ ਤਾਂ ਕਿ 5-6 ਹਜ਼ਾਰ ਜੋਬਸ ਇੱਥੇ ਹੀ ਲੋਕੇਟ ਹੋਣਗੀਆਂ ਫੈਡਰਲ ਸਰਕਾਰ ਦੀਆਂ ਨੋ ਡਾਊਟ ਸਰੀ ਸੈਂਟਰ ਹਲਕਾ ਕਾਫੀ ਵੱਡਾ ਹਲਕਾ ਵਾ ਇੱਥੇ ਜੇ ਆਪਾਂ ਨੇੜੇ ਤੇੜੇ ਨਿਗਾਹ ਮਾਰਦੇ ਹਾਂ ਤਾਂ ਬੜੀਆਂ ਹਾਈ ਰਾਈਜ਼ ਵੀ ਬਣ ਰਹੀਆਂ ਇਹਨੂੰ ਕਿਹਾ ਜਾ ਰਿਹਾ ਕਿ ਆਉਂਦਾ ਸਰੀ ਦਾ ਡਾਊਨਟਾਊਨ ਵੈਨਕੂਵਰ ਡਾਊਨਟਾਊਨ ਦੇ ਬਾਅਦ ਇਹ ਡਾਊਨਟਾਊਨ ਹੋਏਗਾ ਅਫੋਰਡੇਬਿਲਿਟੀ ਦੀ ਬੜੀ ਗੱਲ ਹੁੰਦੀ ਹੈ ਅਫੋਰਡੇਬਿਲਿਟੀ ਇਕੱਲੀ ਘਰਾਂ ਦੀ ਨਹੀਂ ਹੈਗੀ ਈਵਨ ਸਾਡੇ ਕਿਹੜੇ ਬਜ਼ੁਰਗ ਵੀ ਹੈਗੇ ਆ ਉਹ ਵੀ ਬਹੁਤ ਤੰਗੀ ਦੇ ਵਿੱਚੋਂ ਲੰਘ ਰਹੇ ਨੇ ਉਹਨਾਂ ਨੂੰ ਵੀ ਮਨੀ ਦੀ ਸ਼ੋਰਟੇਜ ਹੈਗੀ ਆ ਇਹਦੇ ਬਾਰੇ ਦੱਸੋ ਕਿ ਸਰੀ ਸੈਂਟਰ ਹਲਕੇ ਦੇ ਵਿੱਚ ਕੀ ਕਰੋਗੇ ਤੁਸੀਂ ਸੋ ਅਫੋਰਡੇਬਲ ਜਿੱਥੇ ਘਰਾਂ ਦੀ ਗੱਲ ਆਉਂਦੀ ਆ ਉੱਥੇ ਅਸੀਂ ਫਸਟ ਟਾਈਮ ਹੋਮ ਬਾਇਰ ਲੈਣ ਵਾਸਤੇ ਅਸੀਂ 40 ਹਜ਼ਾਰ ਦੀ RRSP ਵਰਗਾ ਜਿੱਦਾਂ ਟੈਕਸ ਫਰੀ ਸੇਵਿੰਗ ਅਕਾਊਂਟ ਕਰ ਸਕੇ ਤੁਸੀਂ ਆਪਣੀ ਆਮਦਨ 'ਚੋਂ 40 ਹਜ਼ਾਰ ਤੱਕ ਤੁਸੀਂ ਜੋੜ ਸਕਦੇ ਆ ਉਹ ਤੁਹਾਡੀ ਡਾਊਨ ਪੇਮੈਂਟ ਲਈ ਤੁਸੀਂ ਭਰ ਸਕਦੇ ਟੈਕਸ ਫਰੀ ਸੋ ਉਹਦਾ 15 ਹਜ਼ਾਰ ਰਫਲੀ ਤੁਹਾਨੂੰ ਟੈਕਸ ਬਚ ਜਾਣਾ ਉੱਥੇ ਫਿਰ ਜਿਹੜਾ ਤੁਸੀਂ ਪਹਿਲਾਂ ਲੈਂਦੇ ਹੁੰਦੇ ਉੱਥੇ GST ਵਗੈਰਾ ਲੱਗਦਾ ਹੁੰਦਾ ਘਰ 'ਤੇ ਤੁਹਾਨੂੰ ਗੁੰਜਾਇਸ਼ ਹੁੰਦੀ ਅੱਗੇ 5-1 ਹਜ਼ਾਰ ਦੀ ਫਸਟ ਟਾਈਮ ਹੋਮ ਬਾਇਰ ਉਹ ਹੁਣ ਡਬਲ ਹੋ ਗਏ ਉਹ 10 ਹਜ਼ਾਰ ਅਸੀਂ ਕੀ ਕਰਾਂਗੇ ਮੋਰਲੇ ਵੇਲੇ ਥਰਡ ਥਿੰਗ ਹੈਗੀ ਕਿ ਅਸੀਂ ਰੈਂਟ ਟੂ ਓਨ ਦੀ ਅਬਿਲਿਟੀ ਤੁਹਾਨੂੰ ਕਰ ਦਿਓਗੇ ਤੁਸੀਂ ਕੌਂਡੋ ਲੈਣਾ ਜਾਂ ਟਾਊਨ ਹਾਊਸ ਉਹ ਪਹਿਲਾਂ ਰੈਂਟ ਦੇ ਜਾਓ ਰੈਂਟ ਦਾ ਸਰਟਨ ਹਿੱਸਾ 10-20% ਤੁਹਾਡੀ ਡਾਊਨ ਪੇਮੈਂਟ ਬਣਦੀ ਜਾਊਗੀ ਤੁਸੀਂ ਫਿਰ ਤੁਸੀਂ ਉਹਨੂੰ ਬਾਏ ਕਰ ਸਕਦੇ ਇਹ ਗਵਰਨਮੈਂਟ ਇਨਸੈਂਟਿਵ ਦਿੱਤਾ ਕਿਉਂਕਿ ਪ੍ਰੈਕਟੀਕਲ ਅਫੋਰਡੇਬਿਲਿਟੀ ਦੇ ਸਲਿਊਸ਼ਨ ਹੈ ਪਹਿਲਾਂ ਘਰ ਲੈਣ ਵਾਸਤੇ ਜਿੱਥੇ ਸਿਆਣੇ ਦੀ ਗੱਲ ਆਈ ਆ ਅਸੀਂ 750 ਕਪਲ ਦਾ 500 ਇੰਡੀਵਿਜੁਅਲ ਦਾ ਜਿਹੜਾ GIS ਗਰੰਟੀਡ ਇਨਕਮ ਸਪਲੀਮੈਂਟ ਸੋ ਲੋ ਇਨਕਮ 'ਤੇ ਆ ਗਿਆ ਉਹਨਾਂ ਨੂੰ ਮਿਲੂਗਾ 75 ਸਾਲ ਤੋਂ ਬਾਅਦ ਸਾਲ ਦਾ ਐਵਰੀ ਈਅਰ ਐਨੂਅਲੀ ਇਹ ਕਰੂਗਾ ਸੋ ਪੈਨਸ਼ਨਾਂ ਨੂੰ ਅਸੀਂ ਰਿਵਿਊ ਕਰ ਰਹੇ ਹਾਂ ਆਸ ਕਰਦੇ ਕਿ ਅਸੀਂ ਜਿਹੜੇ ਸਿਆਣਿਆਂ ਨੂੰ ਹੋਰ ਅਫੋਰਡੇਬਿਲਿਟੀ ਲਈ ਹੈਲਪ ਕਰੀਏ ਉਹਨਾਂ ਦੀ ਹੋਮ ਕੇਅਰ ਲਈ 700 ਮਿਲੀਅਨ ਅੱਗੇ ਦਿੱਤਾ ਸੀ ਸਾਡੀ ਕਮਿਟਮੈਂਟ ਫੇਰ ਆ ਕਿ ਉਹ ਘਰਾਂ 'ਚ ਲੌਂਗਰ ਔਰ ਬੈਟਰ ਤਰੀਕੇ ਨਾਲ ਰਹਿ ਸਕਣ ਤਾਂ ਕਿ ਉਹਨਾਂ ਨੂੰ ਓਲਡ ਫੋਕਸ ਹੋਮ ਜਾਂ ਸੀਨੀਅਰ ਕੇਅਰ 'ਚ ਨਾ ਜਾਣਾ ਪਵੇ ਉਹਨਾਂ ਨੂੰ ਸੋ ਇਹ ਟਾਈਪ ਆਫ ਸਹੂਲਤਾਂ ਉਹਨਾਂ ਲਈ ਕਰ ਰਹੇ ਜਿੰਨਾ ਉਹਨਾਂ ਦੇ ਅਫੋਰਡੇਬਿਲਿਟੀ ਬੈਟਰ ਬਾਕੀ ਕਹਿਣ ਦਾ ਚਾਈਲਡ ਬੈਨੀਫਿਟ ਜਿਹੜਾ ਕਿ ਹਰ ਇੱਕ ਪਰਿਵਾਰ ਨੂੰ ਇਹ ਅੱਗੇ ਪਹਿਲੀ ਸਰਕਾਰ
ਟੈਕਸੇਬਲ ਇਨਕਮ ਦਿੰਦੀ ਸੀ ਅਤੇ ਥੋੜ੍ਹੇ ਪੈਸੇ ਦਿੰਦੀ ਸੀ, ਸੋ ਉਹ ਪੈਸੇ ਮਿਲ ਜਾਂਦੇ, ਤੁਹਾਨੂੰ ਸਾਲ ਬਾਅਦ ਅਪ੍ਰੈਲ ਦੇ ਵਿੱਚ ਟੈਕਸ ਉਹਦਾ ਦੇਣਾ ਪੈਂਦਾ ਅਤੇ ਉਹ ਤੀਜਾ ਹਿੱਸਾ ਬੈਕ ਹੋ ਜਾਂਦਾ। ਸਾਡਾ ਟੈਕਸ ਫਰੀ ਜਾਂਦਾ, ਉਹਦਾ ਇੰਨਾ ਡਰਮੈਟਿਕ ਇਫੈਕਟ ਆ ਕਿ 1.43 million ਲੋਕ ਪਾਵਰਟੀ 'ਚੋਂ ਨਿਕਲ ਚੁੱਕੇ ਆ, ਜਿਹਦੇ ਵਿੱਚੋਂ 4.5 lakh ਬੱਚੇ ਨਿਕਲ ਚੁੱਕੇ। ਈਵਨ ਸਰੀ ਮੇਰੀ ਹਲਕੇ ਦੇ ਮੈਂ ਦੱਸ ਦਿੰਦਾ, $110 million ਸਾਲ ਦਾ ਆਉਂਦਾ ਉਹਨਾਂ ਨੂੰ, 14,000 ਪਰਿਵਾਰਾਂ ਨੂੰ ਹੈਲਪ ਹੁੰਦਾ, 24,000 ਬੱਚਿਆਂ ਨੂੰ ਮਿਲਦਾ। ਸੋ ਇਮੈਜਿਨ ਕਰੋ ਕਿ 10 ਮਹੀਨਾ $10 million ਐਵਰੀ ਮੰਥ ਇੱਕ ਮੇਰੇ ਹਲਕੇ 'ਚ ਸਾਰੀ ਨਾਲ ਮਲਟੀਪਲਾਈ ਕਰ ਲਓ 5 ਰਾਈਡਿੰਗਾਂ, $500 million 500 million ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਵਾਸਤੇ ਐਵਰੀ ਮਹੀਨੇ ਐਵਰੀ ਸਾਲ ਆਉਂਦਾ ਸਰੀ ਦੇ ਵਿੱਚ, ਜਿਹੜਾ ਕਿ ਨਾਲ ਉਹਨਾਂ ਨੂੰ ਨਿਆਣਿਆਂ ਨੂੰ ਜਿਹੜੇ ਬੋਲੇ ਗਰੀਬ ਆ ਉਹਨਾਂ ਨੂੰ ਅੱਗੇ ਇੱਕ ਡੰਗ ਜੇ ਮਿਸ ਕਰਦੇ ਸੀ ਉਹ ਨਹੀਂ ਕਰਨਾ ਪੈਂਦਾ, ਉਹ ਆਪਣੇ ਬੱਚੇ ਸੌਕਰ 'ਚ ਪਾ ਸਕਦੇ, ਸਪੋਰਟ 'ਚ ਪਾ ਸਕਦੇ ਆ, ਉਹ ਸਵਿਮਿੰਗ ਲੈਸਨ ਦਵਾ ਸਕਦੇ ਆ, ਉਹ ਕੱਪੜੇ ਉਹਨਾਂ ਨੂੰ ਯੂਜ਼ ਨਹੀਂ ਪਾਉਣ ਦੀ ਲੋੜ, ਉਹ ਜੈਕਟ ਕੱਪੜੇ, ਜਿਹੜੇ ਥੋੜ੍ਹੇ ਮਿਡਲ ਕਲਾਸ ਵਾਲੇ ਉਹਨਾਂ ਨੂੰ ਮੋਰ ਐਕਟੀਵਿਟੀਜ਼ ਮਿਲ ਜਾਂਦੀਆਂ, ਕੋਈ RESP 'ਚ ਸੇਵ ਕਰਕੇ ਆਪਣੇ ਬੱਚੇ ਦੀ ਪੜ੍ਹਾਈ ਵਾਸਤੇ ਪਾ ਰਿਹਾ, ਜਿੱਦਾਂ ਵੀ ਤੁਹਾਡੀ ਇਕਨੋਮਿਕ ਸਿਚੁਏਸ਼ਨ ਉਹਨਾਂ ਨੂੰ ਹੈਲਪ ਕਰ ਰਿਹਾ। ਔਰ ਪਾਵਰਟੀ 'ਚੋਂ ਇਹਨਾਂ ਨੂੰ 20% ਸਾਡਾ ਕੈਨੇਡਾ ਦਾ, ਆਈ ਥਿੰਕ ਸ਼ਾਇਦ 25 ਹੋ ਗਿਆ ਹੋਵੇ, 25% ਕੈਨੇਡਾ ਦਾ ਪਾਵਰਟੀ ਰੇਟ ਘੱਟ ਗਿਆ ਇਹ ਇੱਕ ਸੋਸ਼ਲ ਪਾਲਿਸੀ ਦੇ ਨਾਲ। ਸਰਾਜ ਸਾਹਿਬ, ਹੁਣ 4 ਸਾਲ ਆਉਣ ਵਾਲੇ ਨੇ, ਤੁਹਾਡਾ ਕੀ ਪਲੈਨ ਆ ਕਿ ਅਗਰ ਤੁਸੀਂ ਰੀਇਲੈਕਟ ਹੁੰਦੇ ਹੋ ਤਾਂ ਕੀ ਸਰੀ ਸੈਂਟਰ ਲਈ ਕਰੋ? ਜਿਹੜੇ ਨੈਸ਼ਨਲ ਪਲਾਨਾਂ ਤੋਂ ਇਲਾਵਾ ਮੇਰੇ 4 ਇੱਕ ਫੋਕਸ ਹੈ ਸਰੀ ਸੈਂਟਰ ਦੇ। ਸਭ ਤੋਂ ਪਹਿਲਾਂ ਕਿ ਇੱਥੇ ਮੈਡੀਕਲ ਸਕੂਲ ਲਿਆਉਣਾ, ਸਾਈਮਨ ਫਰੇਜ਼ਰ ਦਾ ਮੈਡੀਕਲ ਸਕੂਲ, ਉਹ ਪ੍ਰਪੋਜ਼ਲ ਬਣਾ ਰਹੇ ਆ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਆਲਰੇਡੀ ਉਤਸ਼ਾਹ ਦੇ ਨਾਲ ਅਗਰੀ ਕੀਤਾ, ਅਸੀਂ ਉਹਨਾਂ ਨੂੰ ਪੇਸ਼ ਕੀਤਾ, ਤਾਂ ਮੈਂ ਫੈਡਰਲ ਗਵਰਨਮੈਂਟ ਤੋਂ ਜਿਹੜਾ ਸਾਡਾ 7500 ਹੋਰ ਡਾਕਟਰ ਬਣਾਉਣ ਦਾ ਐਲਾਨ ਕੀਤਾ, ਉਹਦੇ ਵਿੱਚੋਂ ਬਜਟ ਲਿਆ ਕੇ ਕਿ ਸਰੀ ਦੇ ਵਿੱਚ ਨਵਾਂ ਮੈਡੀਕਲ ਸਕੂਲ ਹੋਊਗਾ, ਇਹ ਪਹਿਲਾ ਹੋਊਗਾ BC ਦਾ 1918 ਤੋਂ ਬਾਅਦ, ਅਤੇ ਕੈਨੇਡਾ ਵਾਈਡ 2005 ਤੋਂ ਬਾਅਦ ਕੋਈ ਮੈਡੀਕਲ ਸਕੂਲ ਨਹੀਂ ਬਣਿਆ। ਸੋ ਇੱਥੇ ਹੋਊਗਾ ਫੈਮਿਲੀ ਪ੍ਰੈਕਟੀਸ਼ਨਰ ਬਣ ਕੇ ਉਹ 'ਚ ਪ੍ਰਾਇਮਰੀ ਕੇਅਰ ਵਾਲੇ, ਸਰੀ ਦੇ ਰੈਜੀਡੈਂਟਸਾਂ ਨੂੰ ਪਹਿਲ ਹੋਊਗੀ ਕਿ ਉਹਨਾਂ ਦੇ ਨਜ਼ਦੀਕ ਹੋਊਗਾ, ਫਰੇਜ਼ਰ ਹੈਲਥ ਦੇ ਨਾਲ ਰਲ ਕੇ ਹੋਊਗਾ, ਇਹ ਇੱਕ ਮੇਰਾ ਉਪਰਾਲਾ। ਸੋ ਸਾਡੇ ਬੱਚਿਆਂ ਨੂੰ ਬਾਹਰ ਨਾ ਜਾਣਾ ਪਊਗਾ ਪੜ੍ਹਨ ਨੂੰ, ਇੱਥੇ ਪੜ੍ਹਨਗੇ। ਦੂਸਰੀ ਜਿਹੜਾ ਮੇਰਾ ਹੈਗਾ ਗੋਲ ਉਹ ਹੈਗਾ ਕਿ ਇਹਨੂੰ ਸਰੀ ਨੂੰ ਹੱਬ, ਜਿਵੇਂ ਮੈਂ ਦੱਸਿਆ ਫੈਡਰਲ ਗਵਰਨਮੈਂਟ ਦੇ ਜੋਬਸ ਦਾ ਹੈੱਡ ਆਫਿਸ, ਇਹ ਵੈਨਕੂਵਰ ਦੇ ਬਰਾਬਰ ਦਾ ਦਰਜਾ ਦੇ ਕੇ ਸਰੀ ਦੇ ਵਿੱਚ ਇੱਥੇ ਆਉਣ, ਇਹ ਸੈਕਿੰਡ ਮੇਰਾ ਪ੍ਰੋਬਲਮ। ਥਰਡ ਜਿਹੜਾ ਕਿ ਮੈਂਟਲ ਹੈਲਥ, ਓਪੀਓਇਡ ਕ੍ਰਾਈਸਿਸ ਕਾਫੀ ਗੰਭੀਰ ਹੈਗੀ ਆ, ਕਾਫੀ ਸੀਰੀਅਸ ਆ, ਵੀ ਇਹਦੇ ਲਈ ਅਸੀਂ $116 million ਐਲਾਨ ਕਰ ਰਹੇ ਹਾਂ, ਉਹ 116 million 'ਚੋਂ ਸਰੀ ਨੂੰ ਆਪਣਾ ਫੇਅਰ ਸ਼ੇਅਰ ਮਿਲਣਾ ਚਾਹੀਦਾ ਔਰ ਮਿਲੂਗਾ, ਔਰ ਡੀ ਐਡਿਕਸ਼ਨ ਸਰਵਿਸਿਜ਼ ਜਾਂ ਹੋਰ ਵੀ ਸਹਾਇਤਾ ਦੇ ਕਰਨ ਵਾਲੀਆਂ ਜਿਹੜੀਆਂ ਹੈਗੀਆਂ ਸਹੂਲਤਾਂ ਇੱਥੇ ਮਿਲਣ। ਔਰ ਲਾਸਟ ਜਿਹੜਾ ਮੇਰਾ ਹੈਗਾ ਕਿ ਜਿਹੜਾ ਸਰੀ ਦਾ ਗੈਂਗ ਐਂਟੀ ਗੈਂਗ ਫੈਮਿਲੀ ਇੰਪਾਵਰਮੈਂਟ ਪ੍ਰੋਗਰਾਮ ਹੈ, ਅਸੀਂ ਅੱਗੇ 7.5 million ਦਿੱਤਾ, ਉਹਦਾ ਅਗੇਨ ਅਸੀਂ ਫੈਡਰਲ ਗਵਰਨਮੈਂਟ 'ਚੋਂ $250 million ਆਲਰੇਡੀ ਬਜਟ ਦੇ ਵਿੱਚ ਪਾ ਦਿੱਤਾ ਆਉਣ ਵਾਲੇ 5 ਸਾਲਾਂ ਲਈ, ਇਹ 5 ਸਾਲ ਅਸੀਂ, ਤਾਂ ਮੈਂ ਇਸੇ ਤਰ੍ਹਾਂ ਸੇਮ ਅਮਾਊਂਟ ਜਾਂ ਜ਼ਿਆਦਾ ਸਰੀ ਵਾਸਤੇ ਲਿਆਉਣਾ ਚਾਹੁੰਦਾ, ਤਾਂ ਕਿ ਜਿਵੇਂ ਅੱਗੇ 2300 ਬੱਚੇ ਉਹਦੇ ਨਾਲ ਬਚ ਗਏ ਆ ਗੈਂਗਾ ਜਾਣ ਦੇ ਵਿੱਚੋਂ, ਤਾਂ 4.5 ਟੋਟਲ ਆ 5 ਸਾਲ ਦੇ ਬਜਟ ਦੇ ਵਿੱਚ ਬਚਾਉਣ ਵਾਸਤੇ, ਉਹ ਗਾਂਹ ਵੀ ਇਸੇ ਤਰ੍ਹਾਂ ਕਰਦੇ ਰਹਿਣ ਕਿ ਸਟੋਪ ਨਾ ਹੋਵੇ, ਸੋ ਸਾਡਾ ਜਿਹੜਾ ਕ੍ਰਾਈਮ ਦਾ ਲੈਵਲ ਆ ਉਹ ਡੀਕਰੀਸ ਹੋਵੇ, ਤਾਂ ਬੱਚਿਆਂ ਦੀ ਡਿਮਾਂਡ ਹੀ ਨਾ ਹੋਵੇ ਡਰੱਗਸ ਦੀ ਜਾਂ ਗੈਂਗਸ ਦੀ, ਜਿਹਦੇ ਨਾਲ ਫਿਰ ਸਪਲਾਈ ਆਪੇ ਨਾ ਆਊਗਾ। ਸਰਾਜ ਸਾਹਿਬ, ਮੈਂ ਆਖਿਰ 'ਚ ਫਿਰ ਜਾਣਨਾ ਚਾਹਾਂਗਾ ਕਿ ਲੋਕ ਤੁਹਾਨੂੰ ਵੋਟ ਕਿਉਂ ਪਾਉਣ? ਮੈਂ ਵੋਟ ਮੇਰੇ ਖਿਆਲ ਇਹੀ ਕਰਕੇ ਬੇਨਤੀ ਹੈ ਮੇਰੀ ਵੀ ਸਾਨੂੰ ਪਾਓ, ਕਿਉਂਕਿ ਅਸੀਂ ਕੋਵਿਡ ਵੇਲੇ ਤੁਹਾਨੂੰ ਬਚਾ ਕਰਕੇ ਰੱਖਿਆ, ਪੈਸੇ ਤੁਹਾਨੂੰ ਸਪੋਰਟ ਕਰਕੇ ਰੱਖਿਆ ਜਿਹਨੇ ਬਿਜ਼ਨਸ ਜਾਂ ਇੰਪਲੋਈਆਂ ਨੂੰ ਲੋੜ ਪਈ, ਅਤੇ ਆਉਣ ਵਾਲੇ ਸਮੇਂ 'ਚ ਅਸੀਂ ਇਸੇ ਤਰ੍ਹਾਂ ਰੈਕਡ ਗਰੋਥ ਚਾਹੁੰਦੇ ਹਾਂ, ਆਪਣੇ ਬੱਚਿਆਂ ਦੇ ਭਵਿੱਖਲੇ ਇਨਵਾਇਰਮੈਂਟ ਦਾ ਖਿਆਲ ਰੱਖਣਾ ਚਾਹੁੰਦੇ, ਜਿਹਦੇ ਵਿੱਚ ਸਾਨੂੰ ਈਵਨ ਗ੍ਰੀਨ ਪਾਰਟੀ ਦਾ ਵੀ ਪ੍ਰੈਜ਼ੀਡੈਂਟ ਨੇ ਕਿਹਾ ਕਿ ਬੈਸਟ ਪਲਾਨ ਹੈ, ਔਰ ਸਾਈਮਨ ਫਰੇਜ਼ ਨੇ ਕਿਹਾ ਕਿ A+ ਪਲਾਨ ਹੈਗੀ ਆ, ਜੇ ਤੁਸੀਂ ਇੱਦਾਂ ਦੇ ਫਿਊਚਰ ਚਾਹੁੰਦੇ ਤਾਂ ਸਰੀ ਨੂੰ ਚਾਹੁੰਦੇ ਕਿ ਉਹਨੂੰ ਫੇਅਰ ਸ਼ੇਅਰ ਆਪਣਾ ਇਨਫਰਾਸਟ੍ਰਕਚਰ ਪੈਸੇ ਦਾ ਹੋਵੇ ਔਰ ਨਿਗਲੈਕਟ ਨਾ ਹੋਵੇ, ਫਿਰ ਮੈਂ ਬੇਨਤੀ ਕਰਦਾ ਕਿ ਤੁਸੀਂ ਲਿਬਰਲ ਗਵਰਨਮੈਂਟ ਨੂੰ ਵੋਟ ਪਾਓ, ਰਣਦੀਪ ਸਿੰਘ ਸਰਾਏ ਨੂੰ ਵੋਟ ਪਾਓ, ਆਪਣਾ ਨੈਕਸਟ MP 4 ਸਾਲ ਦੇ ਫੇਰ ਦਿਓ ਸੇਵਾ। ਇਹ ਸਨ ਸਰੀ ਸੈਂਟਰ ਹਲਕੇ ਤੋਂ ਲਿਬਰਲ ਉਮੀਦਵਾਰ ਸਰਦਾਰ ਰਣਦੀਪ ਸਿੰਘ ਸਰਾਏ। ਸੋਚਣਾ ਤੁਸੀਂ ਆ ਕਿ ਵੋਟ ਕਿਹਨੂੰ ਪਾਉਣੀ ਹੈ, ਸਾਡਾ ਫਰਜ਼ ਆ ਕਿ ਕੈਂਡੀਡੇਟਸ ਨੂੰ ਤੁਹਾਡੇ ਨਾਲ ਰੂਬਰੂ ਕਰਨਾ। ਜਲਦੀ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਕੈਂਡੀਡੇਟ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।